ਭਵਾਨੀਗੜ੍ਹ ਤੋਂ ਕੋਟ ਸ਼ਮੀਰ ਉਹਦੇ ਤੇ ਤਿੰਨ ਥਾਵੇਂ ਟੋਲ ਲਾ ਦੇ ਜੀ ਗੌਰਮੈਂਟ ਨੇ। ਬਣਾਉਣਾ ਕੀ ਹੁੰਦਾ ਵਾ ਸਿੱਖ, ਇਹਦੇ ਕਿਹੜਾ ਪੋਲਿਊਸ਼ਨ ਸਰਟੀਫਿਕੇਟ ਲੈਣਾ, ਇਹ ਕਿਹੜਾ ਕੋਈ ਕੱਚਾ ਮਾਲ ਲੱਗਦਾ, ਪੈਸੇ ਇਕੱਠੇ ਕਰਨ ਵਾਸਤੇ ਉਹ ਡੰਡਾ ਜੀ ਲਾਉਣਾ, ਬਸ ਵੀ ਲਿਆਓ ਜੀ ਪੈਸੇ ਬਣਾ ਜਾਓ। ਅਸੀਂ ਉਹਦੇ ਉਹਦਾ ਵੀ ਅਸੀਂ ਰੱਦ ਕਰਤਾ, ਕੋਈ ਉੱਥੇ ਟੋਲ ਪਲਾਜ਼ਾ ਨਹੀਂ ਲੱਗਦਾ। ਇੱਕ ਹੋਰ ਗੌਰਮੈਂਟ ਦਾ ਪ੍ਰੋਜੈਕਟ ਅਸੀਂ ਭਵਾਨੀਗੜ੍ਹ ਤੋਂ ਕੋਟ ਸ਼ਮੀਰ, ਇੱਕ ਸਟੇਟ ਹਾਈਵੇ ਹੈ ਉਹਦੇ ਤੇ ਤਿੰਨ ਥਾਵੇਂ ਟੋਲ ਲਾ ਦਿੱਤੇ ਜੀ ਗੌਰਮੈਂਟ ਨੇ, ਮਤਲਬ ਬਣਾ ਲਏ। ਬਣਾਉਣਾ ਕੀ ਹੁੰਦਾ ਬਸ ਇੱਕ, ਇਹਦੇ ਕਿਹੜਾ ਪੋਲਿਊਸ਼ਨ ਸਰਟੀਫਿਕੇਟ ਲੈਣਾ, ਇਹ ਕਿਹੜਾ ਕੋਈ ਕੱਚਾ ਮਾਲ ਲੱਗਦਾ, ਬਸ ਪੈਸੇ ਇਕੱਠੇ ਕਰਨ ਵਾਸਤੇ ਉਹ ਡੰਡਾ ਜੀ ਲਾਉਣਾ, ਬਸ ਵੀ ਲਿਆਓ ਜੀ ਪੈਸੇ ਫੜਾ ਲਿਓ ਆਉਂਦੇ ਹੋਏ ਜਾਂਦੇ ਹੋਏ। ਨਾ ਸੜਕ ਬਣਾਈ, ਉਹ ਜਾਂਦੀ ਹੈ ਭਵਾਨੀਗੜ੍ਹ ਬਾਇਆ ਮਹਿਲਾ ਚੌਂਕ ਸੁਨਾਮ ਚੀਮਾ ਮੰਡੀ ਭੀਖੀ ਮਾਨਸਾ ਮੌੜ ਤੋਂ ਕੋਟ ਸ਼ਮੀਰ। ਮੈਂ ਪੁੱਛਿਆ ਵੀ ਇਹ ਕਿਉਂ ਲਾਤੇ ਸੀਗੇ, ਇਹ ਤਾਂ ਸੜਕ ਵੀ ਨਹੀਂ ਬਣਾਈ ਤੁਸੀਂ, ਕੁਛ ਵੀ ਨਹੀਂ ਕੀਤਾ। ਕਹਿੰਦੇ ਜੀ ਜਿਹੜਾ ਜੀਰਕਪੁਰ ਤੋਂ ਬਠਿੰਡੇ ਵਾਲਾ ਹਾਈਵੇ ਹੈ ਕਿਤੇ ਉਹ ਤੋਂ ਉੱਤਰ ਕੇ ਲੋਕ ਇੱਧਰ ਦੀ ਨਾ ਜਾਣ ਲੱਗ ਜਾਣ, ਹੱਦ ਹੈ ਵੀ ਮਤਲਬ ਕਿਤੇ ਟੋਲ ਨਾ ਬਚਾਉਣ ਲੱਗ ਜਾਣ, ਇਸ ਕਰਕੇ ਇੱਧਰ ਵੀ ਟੋਲ ਲਾ ਦਿਓ। ਅਸੀਂ ਕਿਹਾ ਵੀ ਇਹ ਸੜਕ ਹੀ ਜਦੋਂ ਤੁਸੀਂ ਬਣਾਈ ਨਹੀਂ, ਕੋਈ ਉਹਦੇ ਵਿੱਚ ਉਹ ਨਹੀਂ ਕੀਤਾ, ਕੋਈ ਸੁਧਾਰ ਨਹੀਂ ਕੀਤਾ, ਕੋਈ ਉਹ ਨਹੀਂ, ਅਤੇ ਉਹ ਟੋਲ ਪਲਾਜ਼ੇ ਅਸੀਂ ਤਿੰਨੋਂ, ਅਸੀਂ ਗੌਰਮੈਂਟ ਜਿਹੜੀ ਹੈ ਉਹਦੇ ਵਿੱਚ ਵੀ ਪੈਸੇ ਇਕੱਠੇ ਕਰਨ ਦਾ ਤਿੰਨ ਠੇਕਾ ਦਿੱਤਾ ਕਿਸੇ ਕੰਪਨੀ ਨੂੰ, ਕਿ ਕਹਿੰਦੇ ਜੇ ਪੈਸੇ ਨਾ ਇਕੱਠੇ ਹੋਏ ਤੈਨੂੰ ਇੰਨੇ ਪੈਸੇ ਹੋਰ ਦੇ ਦਾਂਗੇ। ਅਸੀਂ ਉਹਦੇ ਉਹਦਾ ਵੀ ਅਸੀਂ ਰੱਦ ਕਰਤਾ, ਕੋਈ ਉੱਥੇ ਟੋਲ ਪਲਾਜ਼ਾ ਨਹੀਂ ਲੱਗੂਗਾ। ਭਵਾਨੀਗੜ੍ਹ ਤੋਂ ਕੋਟ ਸ਼ਮੀਰ ਉਹਦੇ ਤੇ ਤਿੰਨ ਥਾਵੇਂ ਟੋਲ ਲਾ ਦਿੱਤੇ ਜੀ ਗੌਰਮੈਂਟ ਨੇ। ਬਣਾਉਣਾ ਕੀ ਹੁੰਦਾ ਬਸ ਇੱਕ, ਇਹਦੇ ਕਿਹੜਾ ਪੋਲਿਊਸ਼ਨ ਸਰਟੀਫਿਕੇਟ ਲੈਣਾ, ਇਹ ਕਿਹੜਾ ਕੋਈ ਕੱਚਾ ਮਾਲ ਲੱਗਦਾ, ਪੈਸੇ ਇਕੱਠੇ ਕਰਨ ਵਾਸਤੇ ਉਹ ਡੰਡਾ ਜੀ ਲਾਉਣਾ, ਬਸ ਵੀ ਲਿਆਓ ਜੀ ਪੈਸੇ ਬਣਾ ਜਾਓ। ਅਸੀਂ ਉਹਦੇ ਉਹਦਾ ਵੀ ਅਸੀਂ ਰੱਦ ਕਰਤਾ, ਕੋਈ ਉੱਥੇ ਟੋਲ ਪਲਾਜ਼ਾ ਨਹੀਂ ਲੱਗੂ। ਇੱਕ ਹੋਰ ਗੌਰਮੈਂਟ ਦਾ ਪ੍ਰੋਜੈਕਟ ਅਸੀਂ ਭਵਾਨੀਗੜ੍ਹ ਤੋਂ ਕੋਟ ਸ਼ਮੀਰ, ਇੱਕ ਸਟੇਟ ਹਾਈਵੇ ਹੈ ਉਹਦੇ ਤੇ ਤਿੰਨ ਥਾਵੇਂ ਟੋਲ ਲਾ ਦਿੱਤੇ ਜੀ ਗੌਰਮੈਂਟ ਨੇ, ਮਤਲਬ ਬਣਾ ਲਏ। ਬਣਾਉਣਾ ਕੀ ਹੁੰਦਾ ਬਸ ਇੱਕ, ਇਹਦੇ ਕਿਹੜਾ ਪੋਲਿਊਸ਼ਨ ਸਰਟੀਫਿਕੇਟ ਲੈਣਾ, ਇਹ ਕਿਹੜਾ ਕੋਈ ਕੱਚਾ ਮਾਲ ਲੱਗਦਾ, ਬਸ ਪੈਸੇ ਇਕੱਠੇ ਕਰਨ ਵਾਸਤੇ ਉਹ ਡੰਡਾ ਜੀ ਲਾਉਣਾ, ਬਸ ਵੀ ਲਿਆਓ ਜੀ ਪੈਸੇ ਫੜਾ ਲਿਓ ਆਉਂਦੇ ਹੋਏ ਜਾਂਦੇ ਹੋਏ। ਨਾ ਸੜਕ ਬਣਾਈ, ਉਹ ਜਾਂਦੀ ਹੈ ਭਵਾਨੀਗੜ੍ਹ ਬਾਇਆ ਮਹਿਲਾ ਚੌਂਕ ਸੁਨਾਮ ਚੀਮਾ ਮੰਡੀ ਭੀਖੀ ਮਾਨਸਾ ਮੌੜ ਤੋਂ ਕੋਟ ਸ਼ਮੀਰ। ਮੈਂ ਪੁੱਛਿਆ ਵੀ ਇਹ ਕਿਉਂ ਲਾਤੇ ਸੀਗੇ, ਇਹ ਤਾਂ ਸੜਕ ਵੀ ਨਹੀਂ ਬਣਾਈ ਤੁਸੀਂ, ਕੁਛ ਵੀ ਨਹੀਂ ਕੀਤਾ। ਕਹਿੰਦੇ ਜੀ ਜਿਹੜਾ ਜੀਰਕਪੁਰ ਤੋਂ ਬਠਿੰਡੇ ਵਾਲਾ ਹਾਈਵੇ ਹੈ ਕਿਤੇ ਉਹ ਤੋਂ ਉੱਤਰ ਕੇ ਲੋਕ ਇੱਧਰ ਦੀ ਨਾ ਜਾਣ ਲੱਗ ਜਾਣ, ਹੱਦ ਹੈ ਵੀ ਮਤਲਬ ਕਿਤੇ ਟੋਲ ਨਾ ਬਚਾਉਣ ਲੱਗ ਜਾਣ, ਇਸ ਕਰਕੇ ਇੱਧਰ ਵੀ ਟੋਲ ਲਾ ਦਿਓ। ਅਸੀਂ ਕਿਹਾ ਵੀ ਇਹ ਸੜਕ ਹੀ ਜਦੋਂ ਤੁਸੀਂ ਬਣਾਈ ਨਹੀਂ, ਕੋਈ ਉਹਦੇ ਵਿੱਚ ਉਹ ਨਹੀਂ ਕੀਤਾ, ਕੋਈ ਸੁਧਾਰ ਨਹੀਂ ਕੀਤਾ, ਕੋਈ ਉਹ ਨਹੀਂ, ਅਤੇ ਉਹ ਟੋਲ ਪਲਾਜ਼ੇ ਅਸੀਂ ਤਿੰਨੋਂ, ਅਸੀਂ ਗੌਰਮੈਂਟ ਜਿਹੜੀ ਹੈ ਉਹਦੇ ਵਿੱਚ ਵੀ ਪੈਸੇ ਇਕੱਠੇ ਕਰਨ ਦਾ ਤਿੰਨ ਠੇਕਾ ਦਿੱਤਾ ਕਿਸੇ ਕੰਪਨੀ ਨੂੰ, ਕਿ ਕਹਿੰਦੇ ਜੇ ਪੈਸੇ ਨਾ ਇਕੱਠੇ ਹੋਏ ਤੈਨੂੰ ਇੰਨੇ ਪੈਸੇ ਹੋਰ ਦੇ ਦਾਂਗੇ। ਅਸੀਂ ਉਹਦੇ ਉਹਦਾ ਵੀ ਅਸੀਂ ਰੱਦ ਕਰਤਾ, ਕੋਈ ਉੱਥੇ ਟੋਲ ਪਲਾਜ਼ਾ ਨਹੀਂ ਲੱਗੂਗਾ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।